ਸ਼ਕਲ ਜਹਾਨ ਦੀ ਨਾਲ ਦੇ ਰੋਮੀਓ ਹੈ ਰੋਮੀਓ ਔਰ ਮੇਰਾ ਤਾਂ ਕੋਈ ਜ਼ਾਤੀ ਪਲਾਟ ਵੀ ਨਹੀਂ ਕੀ ਹੋਇਆ ਰੋਮੀਓ ਹਾਂ ਮੈਨੂੰ ਪਛਾਣਿਆ ਨਹੀਂ ਤੂੰ ਮੈਂ ਕੌਣ ਆ ਤੂੰ ਰੋਮੀਓ ਇਹ ਕਿਹੜਾ ਧੋਤੀ ਵਾਲਾ ਰੋਮੀਓ ਹੁੰਦਾ ਹੈ ਰੋਮੀਓ ਹਾਂ ਧੋਤੀ ਦੇ ਬੜੇ ਫਾਇਦੇ ਨੇ ਹਾਂਜੀ ਧੋਤੀ ਧੋਤੀ ਨਾ ਧੋਤੀ ਨਾ ਸੇ ਇਹ ਕਿਹੜੀ ਜੁਲੀਅਟ ਜਿਹੜੀ ਐਡੀ ਤਜਰਬੇਕਾਰ ਹੋਈ ਪਈ ਹੈ ਰੋਮੀਓ ਜੀ ਤੂੰ ਤੇ ਮੈਂ ਜ਼ਿੰਦਾ ਨਹੀਂ ਹੈ ਇਸ ਦੁਨੀਆ ਤੇ ਤੇਰੀ ਮੇਰੀ ਰੂਹ ਫਿਰ ਰਹੀ ਹੈ ਹੈ ਰੋਮੀਓ ਤੇਰਾ ਮੇਰਾ ਇਸ਼ਕ ਇਸ ਦੁਨੀਆ ਤੇ ਅਮਰ ਹੈ ਰੋਮੀਓ ਤੂੰ ਮੈਨੂੰ ਪਛਾਣਿਆ ਨਹੀਂ ਤੂੰ ਰੂਹ ਹੈ ਹਾਂ ਰੋਮੀਓ ਹਾਂ ਪਹਿਲੇ ਤੇ ਤੂੰ ਬੜਾ ਸੋਹਣਾ ਸੈ ਹੁਣ ਤੈਨੂੰ ਕਿਉਂ ਲਾਨਤ ਪੈ ਗਈ ਆ ਜਦੋਂ ਦੀ ਰੂਹ ਹੋਈ ਆ ਨਾ ਉਦੋਂ ਦੀ ਪਈ ਹੈ ਰੋਮੀਓ ਤੂੰ ਰੂਹ ਹੈ ਹਾਂ ਮੈਂ ਵੀ ਰੂਹ ਹਾਂ ਹਾਂ ਆ ਦੋਵੇਂ ਰੂਹ ਰਾਜ਼ੀ ਕਰੀਏ ਅਸੀਂ ਮਰ ਚੁੱਕੇ ਹਾਂ ਰੋਮੀਓ ਇਹ ਸਾਡੀਆਂ ਰੂਹਾਂ ਨੇ ਇਹ ਸਾਡੀਆਂ ਰੂਹਾਂ ਨੇ ਅੱਛਾ ਇਹ ਕੀ ਕਰਦੇ ਆ ਇਹ ਕਿਹੜੀ ਰੂਹ ਹੈ ਜਿਹੜੀ ਟਾਈਮ ਸਿਰ ਸਿੱਧੀ ਹੋ ਜਾਂਦੀ ਹੈ ਇਹਨੂੰ ਪਤਾ ਨਹੀਂ ਨਾ ਤੇਰਾ ਰੋਮੀਓ ਕਿੱਡਾ ਚਵਲ ਆਦਮੀ ਹੈ ਰੋਮੀਓ ਮੇਰੀ ਜਾਨ ਜ਼ਿੰਦਗੀ ਤੈਨੂੰ ਪਤਾ ਹੈ ਹਾਂ ਤੂੰ ਮੇਰੇ ਲਈ ਖੁਦਕੁਸ਼ੀ ਕੀਤੀ ਸੀ ਕਿਉਂ ਵਜ੍ਹਾ ਕੀ ਹੋਈ ਸੀ ਰੋਮੀਓ ਵਜ੍ਹਾ ਐ ਸੀ ਮੈਂ ਕਿਸੇ ਹੋਰ ਨਾਲ ਫਸ ਗਈ ਸਾਂ ਅੱਛਾ ਅੱਛਾ ਮੇਰਾ ਵੀ ਮਾਈਂਡ ਹੋ ਜਾਈ ਹੈ ਰੋਮੀਓ ਮੈਂ ਗੁੱਸਾ ਨਹੀਂ ਕਰਦਾ ਰੋਮੀਓ ਕੀ ਗੱਲ ਹੈ ਜੂਲੀਅਟੋ ਰੋਮੀਓ ਹਾਂ ਇਸ ਲਈ ਤੂੰ ਤੇ ਮੈਂ ਇਕੱਲੇ ਆ ਰੋਮੀਓ ਤੇ ਹਾਂ ਤੇ ਕੀ ਕਰੀਏ ਫਾਇਦਾ ਚੁੱਕ ਹੈ ਫਾਇਦਾ ਤੇ ਚੁੱਕ ਲਾ ਉਂਝ ਮੇਰਾ ਉਹ ਆ ਗਏ ਯਾਦ ਤੈਨੂੰ ਨਹੀਂ ਆਉਂਦੀ ਹੈ ਕੀ ਹੈ ਵਰਜਾਈ ਤੇ ਆਗ ਰੱਖੀ ਅੱਛਾ ਕਿਹੜੀ ਵਰਜਾਈ ਉਹ ਮੇਰੀ ਸਹਤੀ ਹੈ ਉਹ ਨਹੀਂ ਮੈਂ ਨਹੀਂ ਸਹਤੀ ਹੁਣ ਨਹੀਂ ਸਹਤੀ ਹੁਣ ਮੇਰੀ ਜੂਲੀਅਟ ਹੈ ਇਹ ਮੇਰੀ ਵਾਰੀ ਰੋਣਾ ਪੈਣਾ ਸੀ ਰੋਮੀਓ ਮੇਰੀ ਜੁਲੀਅਟ ਮੇਰੀ ਜੁਲੀਅਟ ਨਹੀਂ ਯਾਰ ਰੋਮੀਓ ਚਵਲਾ ਮਾਰਦਾ ਪਿਆ ਭਾਈ ਜੀ ਝਗੜਾ ਨਾ ਕਰੋ ਆਣੀ ਤਾਂ ਇੱਕੋ ਘਰ ਚ ਹੀ ਹੈ ਪਾਗਲ ਹੋਏ ਪਏ ਤੁਸੀਂ ਓਏ ਦੀ ਗੱਲ ਪਿੱਛੇ ਨਾ ਲੱਗ ਜਾਵੀ ਨਹੀਂ ਬੜਾ ਬੇਵਕੂਫ ਹੈ ਤੇਰੇ ਨਾਲ ਕਰ ਹਾਂਜੀ ਰੋਮੀ ਪਰੇ ਹੋ ਕੇ ਗੱਲ ਕਰ ਮੇਰੇ ਸਿਰ 'ਚ ਨੱਕ ਮਾਰਨ ਰੋਮੀਓ ਆਪੇ ਆ ਜਾਈਦਾ ਹੁੰਦਾ ਰਲ ਕੇ ਪੈ ਗਏ ਹੋ ਆ ਗਏ ਯਾਰ ਇੱਥੇ ਵੇਖ ਯਾਰ ਉਹ ਮੇਰੀ ਮਸ਼ੂਕ ਤੇ ਉਹਦੇ ਨਾਲ ਸੈੱਟ ਹੁੰਦੀ ਪਈ ਆਪਾਂ 'ਚ ਪਰਚੀਆਂ ਪਾਈਆਂ ਤੁਸੀਂ ਉਹਨੂੰ ਸਮਝ ਨਹੀਂ ਆਉਂਦੀ ਤੇਰਾ ਕੀ ਤੇ ਲੱਗੇ ਤੂੰ ਪਰੇ ਬਹਿ ਕੇ ਬਿੱਲ ਬਣਾ ਦੰਗਲ ਕਰ ਲੋ ਜਿਹੜਾ ਜਿੱਤੇਗਾ ਮੈਂ ਉਹਦੀ ਨਾ ਬਾਈ ਜੀ ਨਾ ਇਹਨਾਂ ਔਰਤਾਂ ਨੇ ਪਹਿਲੇ ਵੀ ਬੜੇ ਬੰਦੇ ਮਰਵਾਏ ਸੋਚ ਲਓ ਬਸ ਇਸੇ ਗੱਲ ਤੋਂ ਮੈਂ ਕਲਪਣ ਨਹੀਂ ਆ ਕਿ ਬਾਜੋ ਜਿਹੜਾ ਜਿਹੜਾ ਬਸ ਸਕਦਾ ਅੱਛਾ ਇਹ ਗੱਲ ਹੈ ਕੋ ਨਹੀਂ ਜ਼ਰਾ ਪਿੱਛੇ ਕਰ ਯਾਰ ਬੰਦਾ ਨਜ਼ਰ ਨਹੀਂ ਆਉਂਦਾ ਪਰਲਾ ਮੈਂ ਅਸੀਂ ਪਿੱਛੇ ਕਰਨੀ ਆ ਤੇਰੀਆਂ ਅੱਖਾਂ ਖੁੱਲ ਜਾਣੀਆਂ ਓਏ ਹੋਸ਼ ਨਾਲ ਗੱਲ ਕੀਤੀ ਕਰ ਚਵਲ ਜਾਈ ਚਲੋ ਮੈਂ ਲੜ ਲਵਾਂਗਾ ਯਾਰ ਮੈਂ ਤੇਰੀ ਖਾਤਰ ਲੜ ਲਵਾਂ ਲੜ ਆ ਵੈਸੇ ਵੀ ਤਿੰਨ ਕਸਾਰ ਰਹਿ ਗਏ ਤੇਰੇ ਚ ਬਸ ਤੂੰ ਮੁਨਸਫ ਹੈ ਮੈਂ ਲੜਾਈ ਹੋਣ ਲੱਗੀ ਆ ਸਾਡੀ ਲੜਾਈ ਇੱਕ ਗੱਲ ਯਾਦ ਰੱਖੀ ਕੀ ਲੜਾਈ ਦੇ ਵਿੱਚ ਮੇਰਾ ਹੱਥ ਨਹੀਂ ਰੁਕਦਾ ਓਏ ਤੇਰਾ ਹੱਥ ਨਹੀਂ ਰੁਕਦਾ ਨਾ ਦਾਦੀ ਤੂੰ ਇੰਨਾ ਕਮਜ਼ੋਰ ਹੈ ਉਹ ਤਾਂ ਬਸਨ ਨਹੀਂ ਚੁੱਕੀ ਦਾ ਹੁੰਦਾ ਨਾ ਬਦਤਮੀਜ਼ਾ ਬੜੀ ਤੇਰੀ ਹਾਂ ਮੈਂ ਲੜਦਾ ਰਹਿਣਾ ਬੜੀ ਤੇਰੀ ਵੈਸੇ ਕੀ ਬੜੀ ਤੇਜ਼ ਗੱਲ ਕਰ ਹਾਂ ਚੱਲ ਓਏ ਬੈਣ ਦੇ ਮੁੱਕੋ ਜਿਹੜਾ ਜਿੱਤੇਗਾ ਮੇਰਾ ਵਿਆਹ ਉਹਦੇ ਨਾਲ ਆਏ ਹੁਣ ਹੱਥਾਂ ਦੇ ਵਿੱਚ ਹੱਥ ਪੈਣ ਲੱਗੇ ਨੇ ਇਸ ਲੜਾਈ 'ਚ ਮੈਂ ਕਹਿੰਦਾ ਸ਼ਕੀਲ ਨੂੰ ਪਾ ਲਓ ਜਾਨ ਛੁੱਟ ਜੇਗੀ ਹੱਥਾਂ ਦੇ ਵਿੱਚ ਹੱਥ ਪੈਣ ਲੱਗੇ ਨੇ ਲੱਗ ਜਾਏ ਪਤਾ ਕਿ ਰਹੀ ਤਾਕਤ ਬਹੁਤੀ ਇੱਥੇ ਅੰਨੀ ਦਿਆ ਜ਼ੋਰ ਤੇ ਲਾ ਐਡੀ ਢਿੱਲੀ ਲੜਾਈ ਲੜਦਾ ਪਿਆ ਐਡੀ ਸੋਹਣੀ ਸ਼ੋਰ ਦੇ ਅਗੂ ਐਂ ਹੀ ਪਕੜਦਾ ਇਹ ਹਲੇ ਮੈਂ ਸ਼ਿਕੰਜਾ ਪਾਇਆ ਆ ਬਈ ਫਿਰ ਜੋ ਹੁਣ ਜ਼ੋਰ ਲਾਵੀ ਲਾ ਜ਼ੋਰ ਲਾ ਲਾ ਮੇਰਾ ਜ਼ੋਰ ਹੁਣ ਇਸ ਲੜਾਈ 'ਚ ਤੇ ਭਰਾ ਵੀ ਨਹੀਂ ਪੈ ਸਕਦਾ ਲਾ ਰ ਜ਼ੋਰ ਹੈ ਉਹ ਜ਼ੋਰ ਲਾ ਉਹ
और किन्ना गलावा मेरा दूध वाला डब्बा कितने चुके अंदर दूध वाला डब्बा अच्छा एक ही सी हर वे तंग करते साले तो कोई होर कुड़ी नहीं लगती है नक ना पकाने पड़न आला भाई जी तेन कुछ नहीं आखना वजह ये मेरे प्यार की आखिरी निशानी है और चंगा रे है तबीयत ठीक हो ये केक हो कैप्सूल आवे यार ना तंग करो बच्चे नु की तोड़ियां मसा बची क्यों की तंग कीता बेवकूफ एडे एडे लाड लड़ाए बच्ची दे मुंह जेड़ी गल निकली पूरी कीती हुंदी एक मिनट नहीं लगन दिता एडे लाडली लाडली साडी बच्ची हो बड़े बड़े शौक सर इनू दसो जरा की शौक सी क्रिकेट दा क्रिकेट बड़ा खेडदी सी अच्छा जी गेंद भी अपना बल्ला भी अपना पता ही कोनी गल ही कोनी ओ बल्ले तो साडे पाला विच गेंद वाली गल ते उथे रहण दे बस भाई जी अगर औरतों की क्रिकेट टीम होंगी ते बड़े मजे आने सर कमेंट्री बड़ी अच्छी होनी सी किस तरह कमेंटेटर कहने दे सी आज रजिया तेज नहीं दौड़ सकती उसको डॉक्टर ने मना किया हुआ है तेरी भैन दा की ना समीना ने बड़ी उम्दा तेरी भैन दा की ना समीना फीनी ने बड़ी उम्दा डिलीवरी दी उसके बाद चौधरी ने मिठाई बांटी बड़े बड़े क्रिकेटर पसंद अच्छा जी केड़ा केड़ा क्रिकेटर पसंद है शुएब अख्तर हां यो पसंद ही होना ओदी स्पीड जो वाह वाह एदी मां ने टीवी बंद करता वो समझी अंदर आउन लगा नहीं नहीं मनु सही दानवर भी अच्छा लगा वो भी नहीं ठीक क्यों वो शुरू ही खपे पासे हुंदा है वाह इंतमामू लग नहीं ठीक अच्छा ओ ते सिंगल भी साह ले लग लेंदा साला भावे साह लग सिंगल लेंदा सारा दिन पिच ते खलोता ते रहना ना भाई जी खिलाड़ी हो मुरलीधरन का साला है भिड़े मु तेरा ऐ ही हो इस माम लगती एडी एडी पट इन एडी एडी कड़ी पट ओ चबले जहाल दिए मैं भाई जी अपना मैं कह दंगल कर लो ताकि फैसला होवे मैं भी ब्याह करना है खाना खराब हो फिर आ जी चबला इंज करो मरते तुसी जाना ही एक मिनट भाई जी एक मिनट ए देखो एक बंदे दे मथे ते गोली बजी मर गए ओदे घर दे रोंडे जा कहंदे शुक्र करो अख बच के कर ले रोंडे हो नाजम लगे दंगल तो बाद मरते जाना ही अपनी आखरी ख्वाहिश दसो आखरी ख्वाहिश हुण बंदा मुंह दसदा चंगा लगदा है पहले उन्होंने तो पूछ ला मैं भरा मेरी एंड ते वारी आ ए तेरी की आखरी ख्वाहिश पता ही है तुहानू तेरी बा मेरे ना कहे पैण जे केस अंदर हो जाओ पीटे मु तेरा तेरी आखरी ख्वाहिश आराम नाल बैठ के गल करेंगे तेरी ओ ड्रामे तो बस सीधा कर जाई एहो ही देख लो हुन अपनी मां ने तेरी ख्वाहिश है कीती सुना भरावां वाली गल हां तेरे तू फिर नहीं मननी क्यों नहीं मननी तेरी
ਮੈਂ ਵੀ ਆਪਣੀ ਗੱਲ ਕੀਤੀ ਹੈ ਚਪਲੇ ਮੈਂ ਤੈਨੂੰ ਸਾਈਕਲ ਤੇ ਚਲਾ ਦੱਸ ਆਖਰੀ ਖਾਸ ਆਖਰੀ ਖਾਸ ਕੀ ਹੋਣੀ ਹੈ ਆਖਰੀ ਖਾਸ ਕੀ ਆ ਆਪਣਾ ਜੁੱਤੀ ਲਾਓ ਤੇ 8-900 ਮੁਸਲਮਾਨਾਂ ਨੂੰ ਖੁਸ਼ ਕਰੋ ਮੇਰਾ ਇਸ ਗੱਲੋਂ ਸ਼ਹਾਦੇ ਮਿਹਰਬਾਨੀ ਅੱਛਾ ਇਹਨਾਂ ਦਾ ਤੇ ਬਸ ਨਹੀਂ ਚੱਲਦਾ ਇਹ ਤੇ ਬੱਚੀਆਂ ਘਰਾਂ 'ਚ ਛੱਡ ਕੇ ਆਉਂ ਘਰਾਂ ਵਾਲਾ ਹਿਸਾਬ ਆ ਜਿਹੜੇ ਘਰਾਂ 'ਚੋਂ ਆ ਜੂ ਗਏ ਚਲੋ ਜੀ ਲਾਓ ਜੁੱਤੀ ਵਾਹ ਬਾਈ ਵਾਹ ਮੈਂ ਕਿਹਾ ਹੁਣ ਕੀ ਫੈਸਲੇ ਤੈਨੂੰ ਮੇਰਾ ਨੀ ਪਤਾ ਮੈਂ ਜਨਰੇਟਰ ਉਡਾ ਦਿਆਂਗਾ ਦੀ ਬੱਤੀ ਗਾਇਬ ਕਰਾ ਜਿਹਦਾ ਟ੍ਰਾਂਸਫਾਰਮ ਉੜਿਆ ਹੈ ਚੱਲ ਅੰਦਰ ਹਾਂ ਕਿੱਥੇ ਜਾਵਾਂ ਸ਼ਾਦੀ ਨਹੀਂ ਕਰਨੀ ਮੇਰੇ ਨਾਲ ਚੁੱਪ ਕਰ ਬਗੈਰਤ ਇਨਸਾਨ ਕੀ ਘਰ ਦੀ ਬੱਚੀ ਨੂੰ ਛੇੜ ਦਿਓ ਕਿਹੜੀ ਘਰ ਦੀ ਬੱਚੀ ਸਾਡਾ ਬੇੜਾ ਮੇਰਾ ਮੈਂ ਇੱਕ ਸ਼ਰੀਫ ਬੱਚੀ ਮੈਨੂੰ ਖੁਦ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਯਕੀਨ ਕਰੋ ਮੈਨੂੰ ਕੁਛ ਨਹੀਂ ਸੀ ਪਤਾ ਇਹਨਾਂ ਨੇ ਮੇਰੇ ਇਸ ਤਰੀਕੇ ਨਾਲ ਹੱਥ ਫੜੇ ਨੇ ਮੈਨੂੰ ਕਿੰਨਾ ਤਜਰਬਾ ਹੋ ਗਿਆ ਲੈ ਕਿੱਦਾਂ ਪਹਿਲੇ ਦੱਸ ਕੇ ਤੇ ਸ਼ਰੀਫ ਜਾਵਾਂ ਤੇਰੀਆਂ ਇਹਨਾਂ ਗੱਲਾਂ ਨੇ ਇਹਨਾਂ ਗੱਲਾਂ ਨੇ ਸਾਨੂੰ ਵੀ ਦੋ ਜ਼ਗਿਤ ਲੈ ਜਾਣੀ ਤੂੰ ਕੀ ਜੰਨਤ ਜਾਣਾ ਕਿ ਤੂੰ ਤਸਵੀਰਾਂ ਵੇਚਣਾ ਤੂੰ ਜਿਹੜਾ ਜੰਤੀ ਬਣਿਆ ਫਿਰ ਮੈਂ ਆਖੇ ਤੂੰ ਮੈਨੂੰ ਜਾਣਦਾ ਨਹੀਂ ਮੌਲਾਨਾ ਦੰਦਾਰ ਤੂੰ ਮੈਨੂੰ ਜਾਣਦੀ ਨਹੀਂ ਤੂੰ ਤੈਨੂੰ ਕੀ ਮੈਂ ਜਾਣ ਕੀ ਕਰਨਾ ਹੈ ਤੈਨੂੰ ਅਜੇ ਮੇਰਾ ਪਤਾ ਆਕੜ ਕੇ ਨਾ ਫੇਰ ਹਾਂਜੀ ਮਰ ਗਿਆ ਨਾ ਤੇਰਾ ਹਕੀਮ ਤੇ ਫੇਰ ਵੇਖੀ ਸਾਰੀਆਂ ਆਕੜਾਂ ਭੰਨ ਜਾਣੀਆਂ ਮਰ ਜਾਵੇ ਦਵਾਈ ਇਕੱਠੀ ਸਟਾਈ ਹੋਈ ਇੱਥੇ ਜੀ ਦਰਦ ਹੁੰਦੀ ਅੰਨੀ ਦੇ ਆ ਹਾਂ ਮੱਖੀ ਨੂੰ ਫੜੀ ਫਿਰਦਾ ਵਜਾਈ ਨਾਲ ਬਦਤਮੀਜ਼ੀ ਕਰਦਾ ਓਏ ਤੇਰੀ ਵਜਾਈ ਚੱਲ ਅੰਦਰ ਮੇਰੇ ਨਾਲ ਕਿਉਂ ਅੰਦਰ ਜਾਵਾਂ ਸ਼ਾਦੀ ਨਹੀਂ ਕਰਨੀ ਨਹੀਂ ਕਰਨੀ ਨਰਨ ਮੇਰੇ ਸਾਹਿਬ ਜੀ ਇਹ ਤਾਂ ਬਿਲਕੁਲ ਬਹੁਤ ਲੱਗ ਗਿਆ ਮੈਂ ਤੇ ਸਿਰਫ ਤਨ ਤੋਂ ਉਹਨੂੰ ਚੈੱਕ ਕਰ ਰਹੀ ਸਾਂ ਇਹ ਤਾਂ ਸਾਨੂੰ ਅਜੇ ਦੱਸਿਆ ਹੀ ਨਹੀਂ ਤੂੰ ਆ ਮੈਨੂੰ ਤਾਂ ਚੈੱਕ ਕੀਤਾ ਕੋਈ ਨਹੀਂ ਸੋ ਆ ਤੇਰਾ ਹੀ ਇਮਤਿਹਾਨ ਹੋ ਰਿਹਾ ਸੀ ਆ ਤੇਰੀ ਸਾਡੀ ਸ਼ਾਦੀ ਹੋਣੀ ਆਈ ਚਾਹ ਕੰਮ ਕਰ ਵਿਆਹ ਵੀ ਮੈਂ ਨਹੀਂ ਕਰਨਾ ਅੱਛਾ ਨਹੀਂ ਇਹਨਾਂ ਗੱਲਾਂ ਹੱਥ ਨਾ ਲਾਈ ਮੈਨੂੰ ਹੈਲੋ ਮੈਂ ਬਦਦੁਆਵਾਂ ਦੇਣੀਆਂ ਸ਼ੁਰੂ ਕਰ ਦੇਣੀਆਂ ਦੇ ਬਦਦੁਆਵਾਂ ਜਾਣਦਾ ਨਹੀਂ ਇਹ ਸ਼ਰੀਫ ਬੱਚੀ ਦੀਆਂ ਬਦਦੁਆਵਾਂ ਵੀ ਬੜੀ ਛੇਤੀ ਲਾ ਅੱਛਾ ਲੋਕੀ ਅੰਦਰੋਂ ਹੱਸਦੇ ਪੈਣ ਵੇ ਕੀ ਕਰਦੀ ਪਈ ਹੈ ਉਹ ਗੱਲ ਕਰ ਰਹੇ ਜੇ ਅਗਲੇ ਵੀ ਮੰਨ ਜਾਵਣ ਅਗਲੇ ਮੈਂ ਮਨਾ ਲਾਂਗੀ ਤੂੰ ਆਪਣੀ ਗੱਲ ਆ ਤੇਰੀ ਮੇਰੀ ਸ਼ਾਦੀ ਚੱਲ ਚੱਲ ਮੈਂ ਨਹੀਂ ਵਿਆਹ ਕਰਨਾ ਨਹੀਂ ਰਾਤ ਕਰਾਈ ਮੈਂ ਹੱਥ ਲਾ ਕੇ ਗੱਲ ਕਰਦਾ ਹਾਂ ਕੀ ਹੱਥ ਲਾ ਕੇ ਤੂੰ ਗੱਲ ਕਰਨਾ ਹੈ ਹਾਂ ਮੈਂ ਹੱਥ ਲਾ ਨਾ ਤੇ ਤੈਨੂੰ ਲੱਗ ਪਤਾ ਜਾਣਾ ਹੈ ਅੱਲਾ ਕਰੇ ਤੇਰਾ ਵਿਆਹ ਹੋਵੇ ਤੂੰ ਕੁੰਡ ਚੁੱਕੇ ਵਿੱਚੋਂ ਖੁਸਰਾ ਨਿਕਲ ਤੇ ਨਿਕਲ ਆਵੇ ਉਹ ਵੀ ਸਵੀਟ ਡਿਸ਼ ਹੁੰਦੀ ਹੈ ਅਗਲੀ ਸਿਗਰਟ ਲਾਇਆ ਬੇਹਤਰੀਨ ਗੱਲ ਦੋਵੇਂ ਟੁੰਨ ਹੋ ਜਾ ਅਗਲੀ ਹੁਣ ਹੈ ਹੀ ਅੰਦਰੋਂ ਬਗੈਰਤ ਮੈਂ ਕੀ ਕਰਾਂ ਨਾਲ ਤੁਹਾਡਾ ਗੁਜ਼ਾਰਾ ਨਹੀਂ ਹੋਣਾ ਤੁਸੀਂ ਇਹ ਕੋਈ ਸ਼ਰੀਫ ਤੁਹਾਡਾ ਇਹ ਗੁੰਡੇ ਜੇ ਲੋਕ ਨੇ ਤੁਹਾਡਾ ਨਹੀਂ ਗੁਜ਼ਾਰਾ ਇੱਧਰ ਆ ਜਾ ਤੁਸੀਂ ਇੱਧਰ ਬੈਠੇ ਸ਼ਰੀਫ ਸਾਰੇ ਇੱਧਰ ਕੀ ਆ ਇੱਧਰ ਕਿਤੇ ਬੈਠੇ ਨਹੀਂ ਬਾਹਰ ਬੈਠੇ ਨਹੀਂ ਅੱਛਾ ਚੱਲ ਹੁਣ ਕੀ ਫੈਸਲਾ ਮੁੜ ਕੋਈ ਫੈਸਲਾ ਨਹੀਂ ਤੁਹਾਡੇ ਦੋਵਾਂ ਦੀ ਸ਼ਿਕਾਇਤ ਆਪਣੇ ਅੱਬੇ ਨੂੰ ਲਾਣੀ ਹੈ ਲੈ ਅੱਬੇ ਨੂੰ ਲਾਣੀ ਹੋਰ ਬੜਾ ਟੀਪੂ ਸੁਲਤਾਨ ਹੈ ਤੂੰ ਬੜਾ ਚੋਹਾ ਤੂੰ ਮੈਨੂੰ ਜਾਣਦਾ ਨਹੀਂ ਮੈਂ ਤੈਨੂੰ ਦੱਸਾਂ ਓਏ ਮੈਂ ਤਾਂ ਤੈਨੂੰ ਜਾਣਦਾ ਤੂੰ ਕੀ ਮੈਨੂੰ ਜਾਣਦਾ ਹੈ ਬਾਈ ਜੀ ਜ਼ਰਾ ਭਰਾਉਂਗੇ ਜ਼ਰਾ ਲਾਈਟਾਂ ਐ ਵੇ ਅੱਖਾਂ ਅੱਖਾਂ 'ਚ ਮੈਨੂੰ ਕੀ ਕਹਿ ਰਿਹਾ ਅੱਖਾਂ ਅੱਖਾਂ 'ਚ ਗੰਦੀਆਂ ਹਰਕਤਾਂ ਤੇਰੀਆਂ ਅੱਖਾਂ ਦੱਸਦੀਆਂ ਜੀ ਦੱਸੋ ਕਿਹੜੀ ਸ਼ਰੀਫ ਔਰਤ ਜਿਹਨੂੰ ਇਹ ਵੀ ਪਤਾ ਕਿ ਅੱਗੋਂ ਗੰਦੀਆਂ ਹਰਕਤਾਂ ਹੋ ਰਹੀ ਹੈ ਓਏ ਭਾ ਓ ਭਾ ਬਾਈ ਜੀ ਤੁਸੀਂ ਬਹਿ ਜਾਓ ਗੱਲ ਕਰਦੇ ਆ ਬੈਠੋ ਤੁਸੀਂ ਤੂੰ ਸਾਲੇ ਹੱਟ ਅਗਲੇ ਨੇ ਬਾ ਕੇ ਰਹਿਣਾ ਤੂੰ ਆਪ ਹੀ ਬਹਿ ਜਾ ਸਾਲੇ ਹੱਟ ਫਿਰਦਾ ਰਹਿੰਦਾ ਤੈਨੂੰ ਗੈਸ ਹੋਈ ਹੈ ਜੇ ਨਹੀਂ ਨਾ ਮੰਨਦੀ ਹਾਂ ਤੇ ਮਾਰੋ ਲੈਟਾਂ 'ਚ ਵੱਟੇ ਜ਼ਰਾ ਲੈ ਵੇ ਐਡਾ ਬਰੀਕ ਗੱਲ ਚਲੋ ਜੀ ਇੱਧਰ ਆ ਜਾ ਨਕਾਹ ਖਾਨ ਵੀ ਆ ਗਿਆ ਇਹ ਸ਼ਰੀਫ ਬਣ ਕੇ ਆਇਆ ਕਿ ਮੈਂ ਸ਼ਰੀਫ ਬੱਚੀ ਆ ਬਗਾਰਤ ਭੇਜਣੀ ਹੈ ਕੋਈ ਨੀ ਅੱਲਾ ਤੋਂ ਵੀ ਝੂਠਾ ਪਵਾਇਆ
ਚੰਗਾ ਰਹਿ ਆ ਜੀ ਫਿਰ ਮੈਂ ਸਾਡੇ ਦੋਵਾਂ ਦੀ ਸਹਾਇਤਾ ਫਿਰ ਸ਼ੁਕਰ ਅੱਲਾ ਦਾ ਅਸੀਂ ਤੇ ਨੇਕ ਹੋ ਬੈ ਕਿਵੇਂ ਇਹ ਨੇਕੀ ਦੀ ਹਦਾਇਤ ਜਿਹਨੂੰ ਅੱਲਾ ਦਵੇ ਉਹਨੂੰ ਆਉਂਦੀ ਸਹੀ ਗੱਲ ਉਂਝ ਨਹੀਂ ਨਾ ਜੀ ਨਾ ਇਹ ਕੋ ਮਾਲਕ ਦਾ ਹੀ ਕਰਮ ਹੋਇਆ ਜੀ ਸਹੀ ਗੱਲ ਹਾਂ ਉਂਝ ਨਹੀਂ ਨੇਕ ਭੇਜੋ ਹੈ ਬਬਰ ਸ਼ੇਰ ਹੁਣ ਕਿਹਦੇ ਨਾਲ ਮੁੜ ਸ਼ਾਦੀ ਕਰਨੀ ਚੱਲ ਚੱਲ ਮੈਂ ਤੁਹਾਡੇ ਦੋਵਾਂ ਨਾਲ ਵਿਆਹ ਨਹੀਂ ਕਰਨਾ।